ਅਕਾਲ ਜੀ, ਜੇਕਰ ਕਿਸੇ ਲੇਡੀਜ਼ ਨੂੰ ਬ੍ਰੈਸਟ ਮਸਲ ਸਪੇਨ ਨੇ ਜਾਂ ਬ੍ਰੈਸਟ ਵਿੱਚ ਗੰਢ ਰਸੋਲੀ ਹੈਗੀ ਆ ਜਾਂ ਉਹਨਾਂ ਨੂੰ ਬ੍ਰੈਸਟ ਦੇ ਵਿੱਚੋਂ ਵਾਈਟ ਕਲਰ ਦਾ ਡਿਸਚਾਰਜ ਹੁੰਦਾ ਜੀ, ਉਹਨਾਂ ਵਾਸਤੇ ਮੈਂ ਇੱਕ ਮੈਡੀਸਿਨ ਦੱਸਣ ਜਾ ਰਹੀ ਹਾਂ ਜੀ। ਤੁਸੀਂ ਵ੍ਰਿਧੀ ਵਾਧਿਕਾ ਅਤੇ ਕਚਨਾਰ ਗੂਗਲ ਸਵੇਰੇ ਸ਼ਾਮ ਇੱਕ ਇੱਕ ਗੋਲੀ ਲੈਣੀ ਹੈ ਜੀ, ਪਾਣੀ ਦੇ ਨਾਲ ਸੇਵਨ ਕਰਨਾ। ਜੇ ਉਹਦੇ ਬਾਵਜੂਦ ਵੀ ਤੁਸੀਂ ਠੀਕ ਨਹੀਂ ਹੋ ਰਹੇ ਜਾਂ ਕਿਸੇ ਨੂੰ ਪੁਰਾਣਾ ਰੋਗ ਹੈਗਾ ਤਾਂ ਮੇਰੇ ਦਿੱਤੇ ਹੋਏ ਐਡਰੈਸ 'ਤੇ ਤੁਸੀਂ ਆਓ, ਆਪਣੀ ਬ੍ਰੈਸਟ ਦੀ ਸਕੈਨ ਕਰਵਾ ਕੇ ਲੈ ਕੇ ਆਉਣੀ ਆ, ਪੂਰੇ ਪੇਟ ਦਾ ਅਲਟਰਾਸਾਊਂਡ ਕਰਵਾ ਕੇ ਲੈ ਕੇ ਆਉਣਾ ਜੀ। ਇਹ ਦੋਨੋਂ ਚੀਜ਼ਾਂ ਕਰਵਾ ਕੇ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਵੀ ਕਰ ਸਕਦੇ ਹੋ, ਪੁੱਛ ਸਕਦੇ ਹੋ। ਜੇ ਬਾਕੀ ਇਨਫੋਰਮੇਸ਼ਨ ਚਾਹੀਦੀ ਆ, ਕੁਝ ਵੀ ਤੁਹਾਨੂੰ ਪੁੱਛਣਾ, ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ। ਬਾਕੀ ਤੁਸੀਂ ਮੇਰੇ ਦਿੱਤੇ ਹੋਏ ਐਡਰੈਸ 'ਤੇ ਆ ਕੇ ਮਿਲੋ, ਇਹਦਾ ਪ੍ਰੋਪਰ ਟ੍ਰੀਟਮੈਂਟ ਕਰਦੇ ਹਾਂ ਜੀ। ਆਪਾਂ ਕਿਸੇ ਵੀ ਤਰ੍ਹਾਂ ਦੀ ਗੰਢ ਰਸੋਲੀ ਹੋਵੇ ਜਾਂ ਡਾਕਟਰਾਂ ਨੇ ਓਪਰੇਸ਼ਨ ਦੱਸਿਆ ਹੋਵੇ ਜਾਂ ਵਾਈਟ ਡਿਸਚਾਰਜ ਨਿਕਲਦਾ ਹੋਵੇ, ਤੁਸੀਂ ਮੈਨੂੰ ਕਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਜੀ, ਆ ਕੇ ਮਿਲ ਸਕਦੇ ਹੋ, ਆਪਣੀ ਦਵਾਈ ਦਾ ਪ੍ਰੋਪਰ ਕੋਰਸ ਲੈ ਸਕਦੇ ਹੋ। ਬਾਕੀ ਜਿਹੜੀ ਮੈਂ ਤੁਹਾਨੂੰ ਦਵਾਈ ਦੱਸੀ ਆ ਇਹ ਪੰਸਾਰੀਆਂ ਤੋਂ ਮਿਲ ਜੂਗੀ। ਸਵੇਰੇ ਸ਼ਾਮ ਤੁਸੀਂ ਇੱਕ ਇੱਕ ਟੈਬਲੇਟ ਇਹ ਪਾਣੀ ਦੇ ਨਾਲ ਲੈਣੀ ਹੈ ਜੀ, ਕਚਨਾਰ ਗੂਗਲ ਐਂਡ ਵ੍ਰਿਧੀ ਵਾਧਿਕਾ।